ਕੱਲ ਜਿਵੇਂ ਸਾਰਿਆਂ ਨੂੰ ਆਸ ਸੀ ਕਾਂਗਰਸ ਦੇ ਪ੍ਰਾਣੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਨੇ ਪਾਰਟੀ ਨੂੰ ਅਲਵਿਦਾ ਕਹਿਤਾ ਹਾਲਿਓਣਾ ਇਹ ਨਹੀਂ ਦੱਸਿਆ ਕਿ ਉਹ ਕਾਂਗਰਸ ਛੱਡ ਕੇ ਕਿਹੜੀ ਪਾਰਟੀ ਵੱਲ ਜਾ ਰਹੇ ਆ ਪਰ ਜਿਵੇਂ ਉਹਨਾਂ ਨੇ ਨਰਿੰਦਰ ਮੋਦੀ ਭਾਜਪਾ ਦੀ ਤੇ ਆਰਐਸਐਸ ਦੀ ਵੀ ਪ੍ਰੇਜ਼ ਕੀਤੀ ਇਸ਼ਾਰਾ ਬੜਾ ਕਲੀਅਰ ਆ ਕਿ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਉਹ ਬੀਜੇਪੀ ਜੁਆਇਨ ਕਰ ਸਕਦੇ ਆ ਬੀਜੇਪੀ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਆ ਜਿਵੇਂ ਮੈਂ ਕੱਲ ਕਿਹਾ ਸੀ ਕਿ ਇਹਦੇ ਨਾਲ ਡੈਫੀਨਿਟਲੀ ਕਾਂਗਰਸ ਨੂੰ ਸਪੈਸ਼ਲੀ ਮਾਲਵੇ ਦੇ ਵਿੱਚ ਬਹੁਤ ਤਕਾਲ ਲੱਗੂ ਔਰ ਜੋ ਭਾਜਪਾ ਜਾਂਦੇ ਆ ਤੇ ਭਾਜਪਾ ਨੂੰ ਇੱਕ ਸਿੱਖ ਫੇਸ ਸਿੱਖ ਚਿਹਰਾ ਜਿਹੜਾ ਵਾ ਉਹ ਮਿਲ ਜੂਗਾ ਖਾਸ ਕਰਕੇ ਮਾਲਵਾ ਦੇ ਇਲਾਕੇ ਦੇ ਵਿੱਚ ਵੈਸੇ ਬਹੁਤ ਦਿਲਚਸਪ ਹੈ ਆਪੀ ਜਗਮੀਤ ਸਿੰਘ ਬਰਾੜ ਦੀ ਜਿਹੜੀ ਪੋਲਿਟੀਕਲ ਜਰਨੀ ਆ ਸਿਆਸੀ ਜਿਹੜੀ ਜਰਨੀ ਆ ਸਫਰ ਕਿਹੋ ਜਿਹਾ ਰਿਹਾ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਅਕਾਲੀ ਦਲ ਸਰਕਾਰ ਦੇ ਵਿੱਚ ਮੰਤਰੀ ਹੁੰਦੇ ਸੀ ਜਗਮੀਤ ਸਿੰਘ ਬਰਾੜ ਜਿਹੜੇ ਬਹੁਤ ਚੰਗੇ ਬੁਲਾੜੇ ਨੇ ਉਹਨਾਂ ਨੇ ਬਾਅਦ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਕਰੀ 25 ਸਾਲ ਉਹ ਕਾਂਗਰਸ ਚ ਰਹੇ। ਔਰ 1999 ਦੇ ਵਿੱਚ ਜਦੋਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਪਾਰਲੀਮੈਂਟਰੀ ਇਲੈਕਸ਼ਨ ਦੇ ਚੜਾਇਆ ਤੇ ਉਹਨਾਂ ਨੂੰ ਜਾਇੰਟ ਕਿਲਰ ਵੀ ਕਿਹਾ ਜਾਂਦਾ ਸੀ। ਉਦੋਂ ਉਹਨਾਂ ਦੀ ਜਿਹੜੀ ਛਵੀ ਆ ਉਹ ਬਹੁਤ ਉੱਤੇ ਚਲੀ ਗਈ ਕਿ ਇਹ ਬਹੁਤ ਵੱਡੇ ਲੀਡਰ ਆ। ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਥੋੜਾ ਜਿਹਾ ਸਾਈਡਲਾਈਨ ਜਿਆ ਕੀਤਾ ਰੱਖਿਆ ਕਾਂਗਰਸ ਨੇ। ਸ਼ਹਿਰੀ ਇਸ ਕਰਕੇ ਵੀ ਉਹ ਤੋਂ ਬਾਅਦ ਉਹ ਇਲੈਕਸ਼ਨ ਵੀ ਨਹੀਂ ਜਿੱਤ ਸਕੇ। ਉਹ ਕਾਫੀ ਦੇਰ ਤੋਂ ਅਨਕੰਫਰਟੇਬਲ ਫੀਲ ਕਰ ਰਹੇ ਸੀ ਕਾਂਗਰਸ ਪਾਰਟੀ ਦੇ ਵਿੱਚ। ਪਰ ਪਿੱਛੇ ਜੀ ਉਹਨੇ ਇੱਕ ਬਹੁਤ ਚੰਗੀ ਗੱਲ ਕਹੀ ਉਹਨੇ ਕਿ ਆਪੀ ਜਦੋਂ ਪਾਰਟੀ ਦੀ ਹਾਰ ਹੋ ਗਈ ਕਾਂਗਰਸ ਪਾਰਟੀ ਦੀ ਤੇ ਦੀ ਜ਼ਿੰਮੇਵਾਰੀ ਜਿਹੜੀ ਆ ਰਾਹੁਲ ਗਾਂਧੀ ਨੂੰ ਲੈ ਕੇ ਥੋੜੀ ਦੇਰ ਲਈ ਸਿਆਸਤ ਤੋਂ ਹਟ ਕੇ ਇਹਦੇ ਤੇ ਵਿਚਾਰ ਚਰਚਾ ਕਰਨੀ ਚਾਹੀਦੀ ਆ ਉਹਦੇ ਤੇ ਕਾਂਗਰਸ ਹਾਈ ਕਮਾਂਡੋਂ ਨਾਲ ਨਾਰਾਜ਼ ਹੋ ਗਈ ਔਰ ਉਹਨਾਂ ਨੂੰ ਉਸੇ ਸਪੈਨਡ ਕਰਤਾ ਉਹ ਹੁਣ ਸਸਪੈਂਡ ਹੀ ਚੱਲ ਰਹੀ ਸੀ ਪਰ ਜਿਹੜੇ ਪਾਸੇ ਨੂੰ ਹੁਣ ਉਹ ਜਾਣ ਲੱਗੇ ਆ ਪਹਿਲੋਂ ਅਕਾਲੀ ਦਲ ਤੋਂ ਕਾਂਗਰਸ ਕਾਂਗਰਸ ਤੋਂ ਭਾਜਪਾ ਔਰ ਆਰਐਸਐਸ ਦੀ ਤਾਰੀਫ ਕਰਨ ਲੱਗੇ ਆ ਇਹਦੇ ਤੇ ਲੋਕਾਂ ਨੂੰ ਕਾਫੀ ਰਾਂਗੀ ਹੋ ਰਹੀ ਹੈ ਐਨ ਲੱਗਦਾ ਵੀ ਜਿਵੇਂ ਅਪਰਚੂਨਿਜ਼ਮ ਵੱਲ ਨੂੰ ਉਹ ਜਾ ਰਹੇ ਹੈ ਜਗਮੀਤ ਔਰ ਮੈਂ ਇੱਕੋ ਸਕੂਲ ਚ ਅਸੀਂ ਪੜੇ ਆ ਸਕੂਲ ਦੇ ਵਿੱਚ ਕੋਈ ਜਿਮਨਾਸਟਿਕਸ ਦਾ ਇਹਨਾਂ ਨੂੰ ਬਹੁਤਾ ਸ਼ੌਕ ਨਹੀਂ ਸੀ ਜਿਵੇਂ ਸਾਨੂੰ ਕੁਝ ਬੰਦਿਆਂ ਨੂੰ ਜਿਮਨਾਸਟਿਕਸ ਦਾ ਸ਼ੌਕ ਸੀ ਪਰ ਜਿਵੇਂ ਉਹਨਾਂ ਨੇ ਹੁਣ ਸਮਰਟ ਸੌਟ ਲਈ ਆ ਜਿਵੇਂ ਉਹਨਾਂ ਨੇ ਫਲਿੱਪ ਫਲੌਪ ਕੀਤਾ ਵਾ ਇੱਥੋਂ ਲੱਗਦਾ ਵਾ ਕਿ ਸ਼ਾਇਦ ਪਤਾ ਨਹੀਂ ਸੀਗਾ ਕਿ ਇਹ ਚੰਗੇ ਜਿਮਨਾਸਟਿਕ ਬਣ ਸਕਦੇ ਸੀ ਇਹਨਾਂ 'ਚ ਬੜੀ ਤਕੜੀ ਕੈਪੇਬਿਲਿਟੀ ਸੀ ਜਿਹੜੀ ਲੁਕੀ ਰਹੀਗੀ ਹੁਣ ਦੇਖੋ ਉਹਨਾਂ ਦਾ ਸਿਆਸੀ ਸਫ਼ਰ ਕਿਵੇਂ ਚੱਲਦਾ